ਹਾਂਜੀ ਸਤਿ ਸ੍ਰੀ ਅਕਾਲ। ਮੈਂ ਸੋਚਿਆ ਹੁਣੇ ਬਣਾ ਲਈਏ। ਹਾਂਜੀ ਇੱਕ ਇੱਕ ਆਪਾਂ ਅੱਜ ਜਿਹੜਾ ਫੋਨ ਆਪਾਂ ਵੀਡੀਓ ਬਣਾਉਣੀ ਹੈ ਨਾ, ਇਹ ਇਹ ਇੰਡੀਆ ਵਾਲਿਆਂ ਵਾਸਤੇ ਬਹੁਤ ਤਕੜੀ ਚੀਜ਼ ਹੋਊਗੀ। ਸੋ ਕਿ ਡੇਅਰੀ ਫਾਰਮ ਦਾ ਓਵਰਆਲ ਸਿਸਟਮ, ਅੱਜ ਓਵਰਆਲ ਗੱਲ ਕਰਾਂਗੇ ਆਪਾਂ, ਠੀਕ ਹੈ ਜੀ। ਤਿੰਨ ਚਾਰ ਚੀਜ਼ਾਂ ਦੀ ਮੇਨ ਮੇਨ ਗੱਲ ਕਰਾਂਗੇ ਵੀ ਜੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਡੇਅਰੀ ਫਾਰਮਿੰਗ ਹੈ ਜੀ, ਪਹਿਲੀ ਪਹਿਲਾ ਇੰਪੋਰਟੈਂਸ ਚੀਜ਼ ਹੈਗੀ ਹੈ, ਇਹ ਲੌਂਗ ਟਰਮ ਬਿਜ਼ਨਸ ਹੈ। ਜੇ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਅੱਜ ਡੇਅਰੀ ਫਾਰਮਿੰਗ ਸ਼ੁਰੂ ਕਰਾਂ ਅਤੇ 2 ਸਾਲਾਂ ਬਾਅਦ ਬਸ ਬੱਲੇ ਬੱਲੇ ਹੋ ਜੂਗੀ, ਤਾਂ ਨਹੀਂ ਹੋਣੀ, ਨਾ ਇਨਵੈਸਟ ਕਰਿਓ। ਕਾਰਨ ਦੱਸਦਾ ਤੁਹਾਨੂੰ। ਡੇਅਰੀ ਫਾਰਮਿੰਗ ਐਟਲੀਸਟ ਡਿਪੈਂਡ ਕਰਦਾ ਬੰਦੇ ਬੰਦੇ 'ਤੇ, ਏਰੀਏ 'ਤੇ, ਵੈਦਰ 'ਤੇ ਅਤੇ ਇਨਫਰਾਸਟ੍ਰਕਚਰ 'ਤੇ। ਮੇਰੇ ਖਿਆਲ 'ਚ ਜਿਹੜਾ ਮੇਨ ਤੁਹਾਨੂੰ ਕਹਿ ਲਓ ਤੁਹਾਡੇ ਪੈਰ ਲੱਗਣੇ ਆ ਡੇਅਰੀ ਫਾਰਮਿੰਗ ਦੇ, ਜੇ ਅੱਜ ਸ਼ੁਰੂ ਕਰਦੇ ਹੋ ਤਾਂ ਮਿਨੀਮਮ 5 ਸਾਲਾਂ ਬਾਅਦ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਮਿਲਣਾ ਕਿ ਹਾਂ ਯਾਰ ਮੈਂ ਬਹੁਤ ਵਧੀਆ ਡਿਸੀਜਨ ਲਿਆ, ਮੈਂ ਡੇਅਰੀ ਫਾਰਮਿੰਗ ਸ਼ੁਰੂ ਕੀਤੀ। ਅਤੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਲੈ ਅੱਜ ਸ਼ੁਰੂ ਕਰਦੇ ਹਾਂ ਤਾਂ 6 ਮਹੀਨੇ ਬਾਅਦ ਆਪਾਂ ਪੈਸੇ ਪੈਸੇ ਕਰ ਦਿਆਂਗੇ ਜਾਂ ਬਿਜ਼ਨਸ ਆਪਣਾ ਵੱਡਾ ਹੋ ਜੂਗਾ, ਹੋਰ ਕੁਛ ਕਰ ਲਾਂਗੇ, ਤਾਂ ਨਹੀਂ ਹੋਣਾ, ਬੇਸ਼ੱਕ ਨਾ ਕਰਿਓ। ਦਿਲ ਵੱਡਾ ਰੱਖ ਕੇ ਇਹ ਕੰਮ ਹੋਊਗਾ। ਪਸ਼ੂ ਤੁਸੀਂ ਸ਼ੁਰੂ ਕੀਤੀ ਫਾਰਮਿੰਗ ਤਾਂ 5 ਸਾਲ 10 ਸਾਲਾਂ ਬਾਅਦ ਤੁਸੀਂ ਕੰਪੇਅਰ ਕਰ ਲਿਓ, ਕਿਉਂਕਿ ਵੈਸੇ ਇਹ ਵੀ ਇੱਕ ਦਿਨ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਪਾਕਿਸਤਾਨ ਵੀਰ ਦੀ, ਉਹਦਾ ਪਹਿਲਾਂ ਡੇਅਰੀ ਫਾਰਮਿੰਗ ਸ਼ਾਇਦ ਉਹਨੇ ਸੋਲਡ ਕਰਤਾ। ਉਹ ਬਾਈ ਨੇ ਇੱਕ ਗੱਲ ਕਹੀ, ਉਹ ਕਹਿੰਦੇ ਤੁਸੀਂ ਕੰਪੇਅਰ ਕਰ ਲਿਓ, ਮੰਨ ਲਓ ਵੀ ਤੁਸੀਂ ਦੋ ਮਿੱਤਰ ਸੀ, ਦੋ ਦੋਸਤ ਸੀਗੇ, ਤੁਸੀਂ ਡੇਅਰੀ ਫਾਰਮਿੰਗ ਸ਼ੁਰੂ ਕਰ ਲਈ, ਉਹਨੇ ਕੋਈ ਮੰਨ ਲਓ ਸ਼ੌਪ ਸ਼ੁਰੂ ਕਰ ਲਈ, ਕੋਈ ਦੁਕਾਨ ਸ਼ੁਰੂ ਕਰ ਲਈ ਦੁਕਾਨਦਾਰੀ, ਤੁਸੀਂ ਸਾਲ ਬਾਅਦ ਦੋਵੇਂ ਇਕੱਠੇ ਹੋਏ ਕੰਪੇਅਰ ਕੀਤਾ, ਹਾਂ ਵੀ ਤੇਰਾ ਬਿਜ਼ਨਸ, ਉਹਨੇ ਦੱਸਿਆ ਹਾਂ ਵੀ ਮੇਰਾ ਬਿਜ਼ਨਸ ਡਬਲ ਹੋ ਗਿਆ ਸਾਲ 'ਚ, ਸ਼ੌਪ ਵਾਲਾ ਸ਼ੌਪ ਵੱਡੀ ਕਰ ਲਈ ਉਹਨੇ, ਅਤੇ ਤੁਸੀਂ ਸੁੱਕਿਆ ਨਹੀਂ ਯਾਰ ਮੇਰਾ ਤਾਂ ਹਜੇ ਵੀ ਠੀਕ ਉਵੇਂ ਹੀ ਚੱਲੀ ਜਾਂਦੀ ਡੇਅਰੀ ਫਾਰਮਿੰਗ, ਠੀਕ ਹੈ। ਫਿਰ ਤੁਸੀਂ 2 ਸਾਲਾਂ 3 ਸਾਲਾਂ ਬਾਅਦ ਮਿਲੇ, ਤਾਂ ਜਦੋਂ ਮਿਲੇ ਫਿਰ ਉਹਨੂੰ ਪੁੱਛਿਆ ਹਾਂ ਵੀ ਤੇਰੀ ਸ਼ੌਪਾਂ ਕਿਵੇਂ ਚੱਲਦੀਆਂ, ਉਹਨੇ ਕਿਹਾ ਨਾ ਹਾਂ ਵੀ ਮੈਂ ਤਾਂ 2 ਸ਼ੌਪਾਂ ਹੋਰ ਲੈਣੀਆਂ ਅੱਗੇ, ਅਤੇ ਡੇਅਰੀ ਫਾਰਮਿੰਗ ਹਾਂ ਮੇਰਾ ਹੁਣ ਮਤਲਬ ਠੀਕ ਹੋਣ ਲੱਗ ਗਿਆ, ਕੰਮ ਕਮਾਈ ਹੋਣ ਲੱਗ ਗਈ। ਜੇ ਤੁਸੀਂ ਐਂ ਕੰਪੇਅਰ ਕਰੋਗੇ ਤਾਂ ਤੁਸੀਂ ਡੇਅਰੀ ਫਾਰਮਿੰਗ ਨਹੀਂ ਕਰ ਸਕਦੇ। ਅਤੇ ਮੇਰੀ ਇਹ ਗਰੰਟੀ ਹੈ, ਉਹ ਬੰਦਾ ਬੇਸ਼ੱਕ ਦੁਕਾਨ ਵਾਲਾ ਚਾਹੇ 2 ਸਾਲਾਂ 'ਚ ਤਰੱਕੀ ਕਰ ਗਿਆ, ਪਰ 10 ਸਾਲਾਂ ਬਾਅਦ ਉਹ ਤੁਹਾਡੇ ਨੇੜੇ ਤੇੜੇ ਵੀ ਨਹੀਂ ਹੋਣਾ, ਤੁਹਾਨੂੰ ਇੰਨੀ ਕਮਾਈ ਹੋਣ ਲੱਗ ਜੂਗੀ। ਡੇਅਰੀ ਫਾਰਮਿੰਗ 'ਚ ਕੀ ਹੈ ਬ੍ਰਦਰ, ਮਤਲਬ ਪਹਿਲੇ 5 ਸਾਲ ਦਾ ਐਂ ਕਮਾਈ ਆਉਂਦੀ ਹੈ, ਹਲਕੀ ਜਿਹੀ ਕਮਾਈ ਵਧੀ, ਥੋੜ੍ਹੀ ਜਿਹੀ ਵਧੀ, ਗ੍ਰਾਫ ਥੋੜ੍ਹਾ ਜਿਹਾ ਤਾਣ ਗਿਆ 2 ਇੰਚ, ਫਿਰ ਸਟੈਬਲ ਜਿਹਾ ਹੋ ਗਿਆ, ਫਲੈਕਚੁਲਿਟੀ ਰਹਿੰਦੀ ਹੈ। ਅਤੇ 10 ਸਾਲਾਂ ਬਾਅਦ ਬ੍ਰਦਰ ਇਸ ਰਾਈਜ਼ ਹੋਊਗਾ, ਸਿੱਧਾ ਹੀ ਰਾਈਜ਼ ਪੈਸੇ ਦੇ ਵਿੱਚ, ਹਰੇਕ ਚੀਜ਼ ਦੇ ਵਿੱਚ। ਸੋ ਲੌਂਗ, ਇਹ ਮੇਰੀ ਗਰੰਟੀ ਹੈ, ਹੋਊਗਾ ਹੀ ਹੋਊਗਾ, ਕਿਉਂਕਿ ਮੈਂ ਇੱਥੇ ਦੇਖਿਆ, ਇੱਥੇ ਮੈਨੂੰ ਇੱਕ ਵੱਡੀ ਗੱਲ ਹੈ ਨਿਊਜ਼ੀਲੈਂਡ ਦੇ ਵਿੱਚ, ਹਾਲਾਂਕਿ ਮੇਰਾ ਸਾਰੇ ਬਾਹਰਲੀਆਂ ਕੰਟਰੀਆਂ ਇੱਦਾਂ ਹੀ ਹੈ, ਮਾਂ ਪਿਓ ਦੀ ਜਿੰਨੀ ਵੀ ਪ੍ਰੋਪਰਟੀ ਹੁੰਦੀ ਹੈ ਕੋਈ 50% ਹੀ ਦੇ ਕੇ ਜਾਂਦੇ ਆਪਣੇ ਬੱਚਿਆਂ ਨੂੰ, ਅਤੇ ਬਾਕੀ ਨਹੀਂ ਦੇ ਦੁੱਕ ਜਾਂਦੇ। ਅਤੇ ਬੱਚੇ ਨੂੰ ਕਿਸੇ ਇੱਥੇ ਦੇ ਜਵਾਕਾਂ ਨੂੰ ਉਮੀਦ ਵੀ ਨਹੀਂ ਹੁੰਦੀ ਵੀ ਅਸੀਂ ਪੇਰੈਂਟਸ ਦੀ, ਉਹ ਅੱਖ ਵੀ ਨਹੀਂ ਰੱਖਦੇ ਐਕਚੁਲੀ, ਉਹਨਾਂ ਦੇ ਮਨ 'ਚ ਹੁੰਦਾ ਹੀ ਨਹੀਂ, ਹੁਣ ਆਪਣੇ ਕੀ ਹੁੰਦਾ ਆਹ ਬਾਪੂ ਦਾ 100 ਕਿੱਲਾ ਨਜ਼ਾਰਾ, ਆਪਾਂ ਨੂੰ ਕੀ ਆ ਕੰਮ ਕਰਨ ਦੇ। ਪਰ ਇੱਥੇ ਨਹੀਂ ਗਾ ਜੀ, ਇੱਥੇ ਜੇ ਕਿਸੇ ਗੋਰੇ ਦਾ, ਜੇ ਮੰਨ ਲਓ ਹੁਣ ਮੇਰੇ ਗੋਰੇ ਦਾ ਡੇਅਰੀ ਫਾਰਮ ਹੈ, ਇੱਕ ਔਰਚਰਡ ਹੈ, ਇੱਕ ਹੋਰ ਲਿਆ, ਉਹਨੇ ਲਿਆ ਤਾਂ ਉਹਨੇ ਆਪਣੇ ਦਮ 'ਤੇ ਲਿਆ, ਆਪਣੀ ਮਿਹਨਤ ਨਾਲ ਆਪਣਾ ਪੈਸਾ ਜੋੜ ਕੇ ਲਿਆ, ਉਹਦੇ ਡੈਡੀ ਨੇ ਉਹਨੂੰ $1 ਨਹੀਂ ਦਿੱਤਾ, ਠੀਕ ਹੈ ਜੀ। ਸਾਰੇ ਇੱਥੇ ਇੱਦਾਂ ਹੀ ਹੈ, 100% ਜਿੰਨੇ ਵੀ ਇੱਥੇ ਬੱਚਿਆਂ ਪੇਰੈਂਟਸ ਉਹਨਾਂ ਦੇ ਜਵਾਕ ਹੁੰਦੇ ਆ, ਉਹ ਕਦੇ ਵੀ ਇਹ ਸੋਚ ਕੇ ਨਹੀਂ ਚੱਲਦੇ ਕਿ ਮੈਨੂੰ ਮੇਰੇ ਪੇਰੈਂਟਸ ਦੀ, ਮੈਨੂੰ ਮੇਰੇ ਪਿਓ ਦੀ ਜ਼ਮੀਨ ਜਾਇਦਾਦ ਮਿਲ ਜੂਗੀ। ਸੋ ਇਹ ਆਪਾਂ ਲੱਕੀ ਹਾਂ ਆਈ ਥਿੰਕ ਇੰਡੀਆ ਵਾਲੇ ਕਿ ਉੱਥੇ ਚਲੋ ਇੱਦਾਂ ਚੱਲਦਾ, ਵੀ ਨਾ ਮਿਲੇ ਤਾਂ ਕੋਰਟ ਜਾ ਕੇ ਵੀ ਲੈ ਲੈਂਦਾ, ਇੱਥੇ ਜੇ ਪਿਓ ਨੇ ਕਹਿੰਦਾ ਨਾ ਦੇਣੀ ਨਹੀਂ ਤਾਂ ਮੁੰਡੇ ਦੀ ਮਜਾਲ ਨਹੀਂ ਕਿਉਂ ਲੈ ਲਏ। ਸੋ ਚਲੋ ਇਹ ਤਾਂ ਦੂਜੀ ਗੱਲ ਹੋ ਗਈ। ਸੋ ਕਿਉਂਕਿ ਇੱਥੇ ਸਾਰੇ ਹੁਣ ਮਿਹਨਤ ਕਰਕੇ ਬਣਾਉਂਦੇ ਆ, ਅਤੇ ਮੈਨੂੰ ਪਤਾ 10 ਸਾਲਾਂ 'ਚ ਇੱਥੇ ਬੰਦਾ ਆਰਾਮ ਨਾਲ 50-50 ਸ਼ੇਅਰ ਮਿਲਕਿੰਗ ਜਾ ਵੜਦਾ, ਹਾਲਾਂਕਿ 5 ਸਾਲਾਂ 'ਚ ਵੀ ਜਾ ਵੜਦਾ, ਠੀਕ ਹੈ ਜੀ, ਜੇ ਮਿਹਨਤ ਕਰੇ ਤਾਂ 50 ਸ਼ੇਅਰ ਮਿਲਕਿੰਗ ਦਾ ਮਤਲਬ ਸਾਰੀਆਂ ਗਾਈਆਂ ਆਪਦੀਆਂ, ਮਸ਼ੀਨਰੀ ਆਪਦੀ, ਫਾਰਮ ਲੀਜ਼ 'ਤੇ ਲੈ ਲੈਣਾ, ਇਕੱਲੀ ਜ਼ਮੀਨ ਬਸ ਲੀਜ਼ 'ਤੇ ਲੈਣੀ,
ਤੇ ਵਿਦ ਇਨ 15 ਸਾਲਾਂ ਬਾਅਦ ਬੰਦਾ ਆਪਣਾ ਫਾਰਮ ਬਾਏ ਕਰ ਲੈਂਦਾ ਨਿਊਜ਼ੀਲੈਂਡ 'ਚ। ਸੋ ਇੰਡੀਆ 'ਚ ਤਾਂ ਫਿਰ ਵੀ ਇੰਨਾ ਔਖਾ ਨਹੀਂ, ਪੇ ਤੁਹਾਡੇ ਕੋਲ ਆਪਣੀ ਜ਼ਮੀਨ ਹੈਗੀ ਹੈ, ਤੁਹਾਡੇ ਮਤਲਬ ਜੇ ਤੁਹਾਡੇ ਕੋਲ 10 ਕਿੱਲੇ ਜਾਂ 20 ਕਿੱਲੇ 100 ਕਿੱਲਾ ਪੈ ਲਈ ਇਹਦਾ ਕੀ ਚੱਕਰ ਹੈ, ਤੁਸੀਂ ਆਪਣੇ ਕੋਲ ਜ਼ਮੀਨ ਹੈ ਖੁੱਲ੍ਹਾ, ਪੱਠਾ ਬੀਜੋ, ਕੋਈ ਜਵਾਰ ਬਾਜਰਾ ਮੱਕੀ ਉਸ ਹਿਸਾਬ ਨਾਲ ਸੀਜ਼ਨਲ ਬੀਜੋ ਕਰੋਪਸ, ਅਤੇ ਲੌਂਗ ਟਰਮ ਚੱਲੂਗਾ ਤਾਂ 100% ਤੁਹਾਨੂੰ ਕਾਮਯਾਬ ਕਰੂਗਾ। ਦੂਜੀ ਗੱਲ ਹੈ ਜੀ ਕਿ ਮੈਂ ਤੁਸੀਂ ਹੁਣੇ ਗੱਲ ਕੀਤੀ ਜੀ ਪਿਛਲੀ ਵੀਡੀਓ ਲੇਬਰ, ਕਿ ਤੁਹਾਡਾ ਸਟਾਫ ਜਿਹੜਾ ਤੁਹਾਡੇ ਤੁਸੀਂ ਰੱਖਣਾ ਹੈ ਜਾਂ ਤੁਹਾਡਾ ਜਿਹੜਾ ਤੁਹਾਡੇ ਕੰਮ ਕਰਦਾ, ਕਿ ਉਹਨੂੰ ਫਾਰਮਿੰਗ ਬਾਰੇ ਪਤਾ ਹੈ, ਮੇਨ ਚੀਜ਼ ਇਹੀ ਹੈ। ਕਿਉਂਕਿ 50% ਤਾਂ ਸਟਾਫ ਨੇ ਹੀ ਕੰਮ ਕਰਨਾ ਨਾ, ਮੈਨੇਜ ਤਾਂ ਸਟਾਫ ਨੇ ਕਰਨਾ ਨਾ, ਉਹੀ ਗੱਲ ਸਾਰੀ ਦੇਖ ਰੇਖ ਦੇਖਭਾਲ ਪਸ਼ੂਆਂ ਦੀ ਬਿਮਾਰੀ ਸ਼ਮਾਰੀ ਵੇਲੇ ਟ੍ਰੀਟ ਕਰਨਾ। ਹੁਣ ਇੱਥੇ ਕੀ ਹੈ ਨਹੀਂ ਉਹੀ ਗੱਲ, ਹੁਣ ਇੰਡੀਆ 'ਚ ਕੁਛ ਕੋਰਸ ਹੀ ਹੈ ਨਹੀਂ ਗਾ, ਸ਼ਾਰਟ ਕੋਰਸ ਹੀ ਹੈ ਨਹੀਂ ਗਾ। ਇੱਥੇ ਤੁਸੀਂ ਕੋਰਸ ਸ਼ੁਰੂ ਕਰੋ ਪ੍ਰਾਇਮਰੀ ਆਈ ਟੀ ਹੋਏ, ਤੁਹਾਨੂੰ ਸਾਲ 'ਚ ਡਾਕਟਰ ਬਣਾ ਦਿੰਦੇ ਹੋ, ਸਾਡੇ ਵੈਟਸ ਥੋੜ੍ਹੀ ਆਉਂਦਾ ਕੋਈ, ਸਾਰਾ ਕੁਛ ਅਸੀਂ ਆਪੇ ਕਰਦੇ ਹਾਂ। ਪਸ਼ੂਆਂ ਨੂੰ ਟ੍ਰੀਟ ਕਰਨਾ, ਹੈਲਥ ਉਹਨਾਂ ਦੀ, ਹੈਲਥ ਐਂਡ ਸੇਫਟੀ ਜਾਂ ਉਹਨਾਂ ਦੀ ਪਸ਼ੂਆਂ ਦੀ ਹੈਲਥ ਮੈਨੇਜਮੈਂਟ, ਪਾਸਚਰ ਮੈਨੇਜਮੈਂਟ, ਮਸ਼ੀਨਰੀ ਦਾ ਸਾਰਾ ਸਭ ਕੁਛ ਇੱਥੇ ਸਿਖਾਉਂਦੇ ਹੈ। ਹੁਣ ਅਤੇ ਹੁਣ ਇੰਡੀਆ ਤਾਂ ਕੋਈ ਹੀ ਨਹੀਂ ਗਾ, ਇੰਡੀਆ ਮਤਲਬ ਕਹਿ ਲਓ ਵੀ ਹਾਂ ਵੀ ਨੋ ਨੈਚੁਰਲੀ ਨੌਲੇਜ ਆ ਸਾਰਿਆਂ ਨੂੰ, ਕਿਉਂਕਿ ਹਰੇਕ ਘਰ 'ਚ ਪਸ਼ੂ ਹੁੰਦੇ ਆ ਤਾਂ ਥੋੜ੍ਹਾ ਬਹੁਤ ਸਭ ਨੂੰ ਪਤਾ ਹੁੰਦਾ, ਪਰ ਹੈਲਥ ਦਾ ਕਿਸੇ ਨੂੰ ਨੌਲੇਜ ਨਹੀਂ ਹੁੰਦਾ ਕਿ ਬਿਮਾਰੀ ਜਾਂ ਪਸ਼ੂ ਦੇ ਕਿਹੜੀ ਬਿਮਾਰੀ ਦੇ ਕੀ ਸਿਮਟਮਸ ਹੈਗੇ ਆ ਅਤੇ ਕੀ ਉਹਦਾ ਟ੍ਰੀਟਮੈਂਟ ਕਰਨਾ, ਆਪਾਂ ਤਾਂ ਵੈਟਸ ਨੂੰ ਬੁਲਾਉਂਦੇ ਹਾਂ ਉੱਥੇ। ਸੋ ਮੇਕ ਸ਼ੋਰ ਕਿ ਤੁਹਾਡਾ ਸਟਾਫ ਵਧੀਆ, ਉਹਨਾਂ ਨੂੰ ਨੌਲੇਜ ਹੈਗਾ ਫਾਰਮਿੰਗ ਦਾ, ਵੀ ਜੇ ਮਤਲਬ ਤੁਸੀਂ ਕਿਤੇ ਬਾਹਰ ਚਲੇ ਗਏ 2-4 ਦਿਨਾਂ ਲਈ ਤਾਂ ਤੁਹਾਡੇ ਬੈਕਅਪ ਲਈ ਕੋਈ ਪਿੱਛੇ ਹੈਗਾ ਹੈ ਪ੍ਰੋਪਰ ਬੰਦਾ ਜਿਹਨੂੰ ਫਾਰਮਿੰਗ ਆਉਂਦੀ ਹੈ। ਤੀਜੀ ਮੇਨ ਗੱਲ ਹੈ ਜੀ ਜਦੋਂ ਆਪਾਂ ਪਸ਼ੂ ਬਾਏ ਕਰਦੇ, ਹੁਣ ਇਹ ਮੇਨ ਗੱਲ ਹੈ ਕਿ ਗਾਈਆਂ ਬਾਏ ਕਿੱਥੋਂ ਕਰਨੀਆਂ, ਅਤੇ ਇੰਡੀਆ 'ਚ ਫਰੋਡ ਬਹੁਤ ਚੱਲਦਾ ਇਹ ਸਾਰਿਆਂ ਨੂੰ ਪਤਾ, ਵਪਾਰੀ ਆ ਜਿਹੜੇ ਇਹ ਤਾਂ ਲੁੱਟਦੇ ਹੀ ਸਾਰਿਆਂ ਨੂੰ, ਕਿਉਂਕਿ ਤੁਹਾਨੂੰ ਇਹ ਉਹਨਾਂ ਦੱਸਣ ਲੋੜ ਨਹੀਂ ਕਿ ਇੰਡੀਆ ਕਿੰਨਾ ਉਹ ਫਰੋਡ ਕਰਦੇ, ਕਿੰਨਾ ਧੋਖਾ ਕਰਦੇ ਆ। ਪਸ਼ੂ 'ਚੋਂ ਗੁਣ ਨਹੀਂ ਹੁੰਦੇ ਪਰ ਉਹ ਮਤਲਬ ਬੰਦੇ ਨੂੰ ਉਲਝਾ ਲੈਂਦੇ ਆ। ਸੋ ਸਭ ਤੋਂ ਵੱਡੀ ਟ੍ਰਿਕ ਮੈਂ ਤੁਹਾਨੂੰ ਦੱਸਾਂ, ਅਤੇ ਤੁਸੀਂ ਪਹਿਲੀ ਗੱਲ ਤਾਂ ਮਤਲਬ ਬਾਹਰਲੀ ਹੀ ਵਰਾਇਟੀ ਤੁਸੀਂ ਬਾਏ ਕਰੋ ਜੇ ਚੰਗਾ ਦੁੱਧ ਲੈਣਾ, ਫਰੀਜ਼ਨ ਹੈਗੀ ਆ, ਜਰਸੀਜ਼ ਹੈਗੀਆਂ, ਅਤੇ ਕਦੇ ਵੀ ਇਹ ਮੰਡੀ ਮੁੰਡੀ ਤੋਂ ਬਾਏ ਨਾ ਕਰੋ ਤੁਸੀਂ, ਪਹਿਲੀ ਗੱਲ। ਜਾਂ ਕਿਸੇ ਆ ਜੇ ਲੈਣਾ ਤਾਂ ਨਾ ਉਹ ਬੰਦੇ ਤੋਂ ਬਾਏ ਕਰੋ ਜਿਹ 'ਤੇ ਤੁਹਾਨੂੰ ਭਰੋਸਾ ਹੈਗਾ ਵੀ ਇਹ ਬੰਦਾ ਮੈਨੂੰ ਸਹੀ ਪਸ਼ੂ ਦੇਊਗਾ ਜਾਂ ਦਵਾਊਗਾ, ਕੋਈ ਵਪਾਰੀ ਵੀ ਹੈ ਤਾਂ। ਇੱਕ ਹੋਰ ਟ੍ਰਿਕ ਦੱਸ ਦਿੰਦਾ, ਤੁਸੀਂ ਪਸ਼ੂ ਲੈਣ ਗਏ ਉਹਨੂੰ ਕਹੋ ਵੀ ਮੈਂ 3 ਮਿਲਕੀਆਂ ਕਰੂੰਗਾ, ਮੰਨ ਲਓ ਅੱਜ ਮਿਲਕਿੰਗ ਕੀਤੀ ਆਫਟਰਨੂਨ ਦੀ, ਸ਼ਾਮ ਨੂੰ ਕੀਤੀ, ਫਿਰ ਕੱਲ੍ਹ ਨੂੰ ਸਵੇਰੇ ਮਿਲਕਿੰਗ ਤੁਸੀਂ ਆਪ ਕਰੋ, ਕੋਲੇ ਖੜ ਕੇ ਆਪ ਪੱਠੇ ਪਾਓ, ਅਤੇ ਤੀਜੀ ਮਿਲਕਿੰਗ ਜਿਹੜੀ ਕੱਲ੍ਹ ਨੂੰ ਸ਼ਾਮ ਨੂੰ ਹੋਣੀ ਹੈ ਉਹਨੂੰ ਸਹੀ ਗਿਣੋ ਵੀ ਟੋਟਲ ਦੁੱਧ ਪਸ਼ੂ ਨੇ ਕਿੰਨਾ ਦਿੱਤਾ, ਨਹੀਂ ਬਹੁਤ ਕਪੜਾ ਚੱਲਦਾ। ਪਹਿਲੀ ਮਿਲਕਿੰਗ ਤੁਸੀਂ ਜਾ ਕੇ ਚੋਈ, ਪਹਿਲੀ ਵਾਰ ਪਸ਼ੂ ਚੋਇਆ ਉਹ ਤਾਂ ਕਦੇ ਵੀ ਨਾ ਧੁਜੋ ਕਿ ਹਾਂ ਜਿਹੜਾ ਇਹਨੇ ਪਹਿਲੀ ਵਾਰ ਦੁੱਧ ਦਿੱਤਾ ਇਹ ਸਹੀ ਦੁੱਧ ਹੋਊਗਾ। ਤੀਜੀ ਮਿਲਕਿੰਗ ਚੈੱਕ ਕਰੋ, ਜਿੰਨਾ ਤੀਜੀ ਮਿਲਕਿੰਗ ਦੁੱਧ ਹੋਇਆ ਉਹ ਸਹੀ ਦੁੱਧ ਹੋਊਗਾ ਉਹਦਾ। ਪਹਿਲੀ ਗੱਲ ਲੋਕ ਤੁਹਾਨੂੰ ਅਲਾਓ ਹੀ ਨਹੀਂ ਕਰਨਗੇ, ਵਪਾਰੀ ਵਗੈਰਾ ਤਾਂ ਸਪੈਸ਼ਲੀ ਨਹੀਂ ਕਰਨਗੇ ਕਿਉਂਕਿ ਉਹਨੂੰ ਪਤਾ ਵੀ ਉਹਨਾਂ ਦਾ ਸਿਸਟਮ ਖਰਾਬ ਹੋ ਜੂਗਾ। ਸੋ ਕਿਸੇ ਔਥੈਂਟਿਕ ਬੰਦੇ ਤੋਂ ਪਸ਼ੂ ਬਾਏ ਕਰੋ, ਜਾਂ ਜਿਹੜਾ ਕੋਈ ਡੇਅਰੀ ਫਾਰਮ ਹੈਗਾ ਜਾਂ ਕੇਰਾਂ 10-12 ਗਈਆਂ ਇੱਦਾਂ ਕੋਈ ਵਧੀਆ ਬੰਦੇ ਤੋਂ ਬਾਏ ਕਰ ਲਓ, ਫਿਰ ਹਰ ਸਾਲ ਆਪਣਾ ਹਰਡ ਤੁਹਾਡਾ ਵਧੂਗਾ ਹੀ, ਹਰ ਦੂਜੇ ਸਾਲ ਵੱਛੀ ਬਣ ਜਾਂਦੀ ਹੈ, ਜਿਵੇਂ ਇੱਥੇ ਬਣ ਗਈ ਉੱਥੇ ਵੀ ਤਾਂ ਓਬੀਸ ਬਣੀ ਜਾਊਗੀ। ਸੋ ਸੈਕਸ ਸੀਮਨ ਆਉਂਦਾ, ਤੁਹਾਨੂੰ ਉਹ ਵੀਡੀਓ ਬਣਾਈ ਸੀਗੀ, ਗਾਂ ਦੇ ਸੈਕਸ ਸੀਮਨ ਲਵਾਓ, ਪ੍ਰੋਪਰ ਟਾਈਮ 'ਤੇ ਲਵਾਓ, ਪ੍ਰੋਪਰ ਹੀਟ ਪਿੱਕ ਕਰਕੇ ਲਵਾਓ ਤਾਂ ਉਹ ਵੱਛੀ ਹੀ ਦੇਊਗੀ। ਸੋ ਠੀਕ ਹੈ ਜੀ, ਇੱਦਾਂ ਤੁਸੀਂ ਆਪਣਾ ਹਰਡ ਗਰੋ ਕਰ ਸਕਦੇ ਹੈ, ਅਤੇ ਔਥੈਂਟਿਕ ਬੰਦੇ ਤੋਂ ਆਪਣਾ ਪਸ਼ੂ ਬਾਏ ਕਰੋ। ਦੂਜੀ ਗੱਲ, ਤੁਸੀਂ ਹਮੇਸ਼ਾ ਪ੍ਰਾਈਜ਼ ਜ਼ਰੂਰ ਕੰਪੇਅਰ ਕਰੋ, ਕਿ ਨਹੀਂ ਵੀ ਜੇ ਤੁਸੀਂ ਜਰਸੀ ਮੰਨ ਲਓ ਹੁਣ ਇੱਥੋਂ ਪੰਜਾਬ ਤੋਂ ਲੈਣੀ ਹੈ ਕੋਈ ਪਿਓਰ ਜਰਸੀ, ਉਹ ਤੁਹਾਨੂੰ ਮੰਨ ਲਓ 1,00,000 ਦੀ ਮਿਲ ਰਹੀ ਹੈ ਇੱਕ ਗਾਂ, ਜੇ ਤੁਸੀਂ ਥੋੜ੍ਹਾ ਜਿਹਾ ਹਰਿਆਣੇ 'ਚ ਜਾਂ ਅਤੇ ਯੂਪੀ ਵਗੈਰਾ ਜਾਂ ਕਿਤੇ ਹੋਰ ਦੇਖਿਆ ਵੀ ਉੱਥੇ ਵੀ ਜਰਸੀ ਪਿਓਰ ਹੈਗੀਆਂ, ਕੋਈ ਚੰਗਾ ਬੰਦਾ ਬਰੀਡਰ ਵੇਚਦਾ, ਮੰਨ ਲਓ ਤੁਹਾਨੂੰ ਉੱਥੇ 70,000 ਦੀ ਮਿਲ ਰਹੀ ਹੈ, ਦੈਨ ਉੱਥੇ ਜਾ ਕੇ ਲਿਆਓ, ਕਿਉਂਕਿ ਤੁਹਾਨੂੰ ਸਸਤੀ ਮਿਲ ਰਹੀ ਹੈ। ਮਤਲਬ ਥੋੜ੍ਹਾ ਜਿਹਾ ਟੈਕਨੋਲੋਜੀ ਨਾਲ ਜੁੜੋ, ਥੋੜ੍ਹਾ ਜਿਹਾ ਇੰਟਰਨੈਟ 'ਤੇ ਬੈਠੋ, ਗੂਗਲ ਕਰੋ ਜਾਂ ਕਿੱਥੇ ਕੋਈ ਵਧੀਆ ਪ੍ਰੋਪਰ ਬਰੀਡ ਹੈਗੀ ਹੈ, ਜਿਹੜੇ ਹੋਰ ਫਾਰਮਸ ਹੈਗੇ ਉਹਨਾਂ ਨੂੰ ਜਾ ਕੇ ਮਿਲੋ ਕਿ ਉਹਨਾਂ ਨੇ ਕਿੱਥੋਂ ਲੈ ਕੇ ਆਉਂਦੀਆਂ ਸੀਗੀਆਂ ਜੀ। ਸੋ ਇਸ ਤਰ੍ਹਾਂ ਤੁਸੀਂ ਆਪਣਾ ਹਰਡ ਗਰੋ ਕਰ ਸਕਦੇ ਹੋ। ਫਿਰ ਜਿਵੇਂ ਚੌਥੀ ਗੱਲ ਹੈ ਜੀ ਇਨਫਰਾਸਟ੍ਰਕਚਰ, ਤੁਸੀਂ ਸ਼ੈੱਡ ਜਿਹੜਾ ਬਿਲਡ ਕਰਨਾ ਹੁਣ ਉਹ ਵੀ ਪ੍ਰੋਪਰ ਬਿਲਡ ਕਰੋ, ਕਿਸੇ ਜਿਵੇਂ ਜਿਹੜੇ ਬੰਦਿਆਂ ਨੂੰ ਐਕਸਪੀਰੀਅੰਸ ਆ ਜਾਂ ਆਰਕੀਟੈਕਟ ਆ ਜਾਂ ਸਪੈਸ਼ਲ ਜਿਹੜੇ ਫਾਰਮਿੰਗ ਦਾ ਬਿਲਡਿੰਗਸ ਬਣਾਉਂਦੇ ਆ ਉਹਨਾਂ ਨੂੰ ਬੁਲਾ ਕੇ ਚੈੱਕ ਕਰਾਓ, ਜਗ੍ਹਾ ਦਿਖਾਓ, ਫਿਰ ਪ੍ਰੋਪਰ ਸ਼ੈੱਡ ਬਣਾਓ ਕਿ
ਗਈਆਂ ਨੇ ਬੈਠਣਾ ਕਿੱਥੇ ਉਹਨਾਂ ਦੀ ਕਿਉਂਕਿ ਇੰਡੀਆ 'ਚ ਇਨਡੋਰ ਹੋਊ ਸਾਰਾ ਹੀ, ਮਿਲਕਿੰਗ ਪਾਰਲਰ ਕਿਵੇਂ ਬਣਨਾ ਹੈ ਅਤੇ ਵੈਟ ਵੈਟ ਕਿੱਥੇ ਲੱਗਣਗੇ, ਰੈਸਟ ਰੂਮ ਕਿੱਥੇ ਹੋਊਗਾ, ਟੋਟਲ ਮਤਲਬ ਇੱਕ ਇੱਕ ਪ੍ਰੋਪਰਲੀ ਬਿਲਡਿੰਗ ਤੁਹਾਡੀ ਬਣੀ ਹੋਣੀ ਚਾਹੀਦੀ ਤਾਂ ਕਿ ਗਾਂ ਵੀ ਕਨਫਿਊਜ਼ ਨਾ ਹੋਵੇ ਉਹਨੇ ਕਿੱਥੇ ਜਾਣਾ। ਸੋ ਇਹ ਮੇਨ ਤਾਂ ਇਹ ਮੋਟੀਆਂ ਚੀਜ਼ਾਂ। ਤੀਜੀ ਹੈਗੀ ਜਿਵੇਂ ਫੀਡ ਦਾ ਜੀ, ਮਤਲਬ ਜਿਵੇਂ ਇੰਡੀਆ ਤੁਹਾਨੂੰ ਪਤਾ ਹੀ ਹੈ ਵੀ ਵਿੱਚ ਬ੍ਰੇਕ ਆ ਜਾਂਦੀ ਹੈ, ਫਿਰ ਜਿਵੇਂ ਹਰਾ ਚਾਰਾ ਪਾਸ਼ ਰਹਿੰਦਾ ਨਹੀਂ, ਫਿਰ ਤੂੜੀ ਸ਼ੁਰੂ ਕਰ ਦਿੰਦੇ ਹੈ, ਉਹਦੇ ਲਈ ਤੁਹਾਨੂੰ ਸਾਇਲੇਜ ਦਾ ਜ਼ਰੂਰ ਬੈਸਟ ਆਪਸ਼ਨ ਹੈ। ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੱਕੀ ਦਾ ਸਾਇਲੇਜ ਜੋ ਕੀ ਆ, ਜੇ ਵਧੀਆ ਪੈਕ ਕਰਕੇ ਰੱਖੋਗੇ ਤਾਂ ਤਕਰੀਬਨ ਸਾਲ ਡੇਢ ਸਾਲ ਆਰਾਮ ਨਾਲ ਕੱਢ ਜਾਂਦਾ। ਸੋ ਛੇਤੀ ਆਪਾਂ ਸਾਇਲੇਜ ਕੱਟਾਂਗੇ, ਸੋ ਉਹਦਾ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਕਿ ਅਸੀਂ ਸਾਇਲੇਜ ਕਿਵੇਂ ਬਣਾਉਂਦੇ ਹਾਂ, ਕਿਵੇਂ ਉਹਨੂੰ ਰੱਖਦੇ ਹਾਂ। ਸੋਰੀ, ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਸੋ ਇਹ ਮੇਨ ਤਾਂ ਇਹ ਚੀਜ਼ਾਂ, ਬਾਕੀ ਆਪ ਆਪਣਾ ਨੌਲੇਜ ਗਰੋ ਕਰੋ। ਮੇਨ ਗੱਲ ਇਹੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੀ ਕਰੋਪ ਖਵਾ ਰਹੇ ਹੋ, ਉਹ 'ਚ ਉਹਦੀ એનર્ਜੀ ਲੈਵਲ ਕੀ ਹੈ, ਉਹ 'ਚ ਉਹਦਾ ਫੀਡਿੰਗ ਲੈਵਲ ਕੀ ਹੈ, ਉਹਦੇ 'ਚ ਐਮੀ ਕਿੰਨੀ ਹੈ, ਪਸ਼ੂਆਂ ਦੇ ਬਲੱਡ ਟੈਸਟ ਕਿ ਹਾਂ ਕਿਹੜੇ ਕਿਹੜੇ ਚੀਜ਼ ਦੀ ਕਮੀ ਹੈ ਪਸ਼ੂ ਦੇ ਅੰਦਰ, ਉਹ ਪੂਰੀ ਕਰੋ। ਠੀਕ ਹੈ ਜੀ, ਪ੍ਰੋਪਰ ਫੀਡ ਦਿਓ, ਪ੍ਰੋਪਰ ਡਾਇਟ ਦਿਓ, ਤਾਂ ਪਸ਼ੂ ਤੁਹਾਡਾ ਦੁੱਧ ਦੇਊਗਾ ਹੀ ਦੇਊਗਾ। ਭਾਵੇਂ ਹਾਲਾਂਕਿ ਜਿਹੜੀਆਂ ਬਾਹਰਲੀਆਂ ਬਰੀਡਾਂ ਹੈਗੀਆਂ, ਅਮਰੀਕਨ ਗਾਈਆਂ ਕਹਿ ਦਿੰਦੇ ਆਪਾਂ, ਭਾਵੇਂ ਸਾਰਾ ਸਾਲ ਹੀ ਚੋਈ ਜਾਓ ਉਹਨਾਂ ਨੂੰ, ਸੂਣ ਤੋਂ ਭਾਵੇਂ 10 ਦਿਨ ਪਹਿਲਾਂ ਹੀ ਛੱਡ ਦਿਓ ਅਤੇ ਉਹ ਦੁਬਾਰਾ ਸੁੱਕੇ ਫਿਰ ਦੁੱਧ ਦੇਣ ਲੱਗ ਪੈਣਗੀਆਂ। ਸੋ ਕੰਮ ਕਰਨਾ ਮੇਨ ਫੀਡ ਨੇ, ਪਾਣੀ ਪ੍ਰੋਪਰ 24 ਘੰਟੇ ਪਾਣੀ ਅਵੇਲੇਬਲ ਹੋਣਾ ਚਾਹੀਦਾ। ਅਤੇ ਜੇ ਬਸ ਸੀਰੀ ਨੂੰ ਆਵਾਜ਼ਾਂ ਮਾਰਨੀਆਂ ਕਿ ਉਹ ਫਲਾਨਿਆਂ ਉਹ ਪਾਣੀ ਪਿਆ ਹੀ ਭੱਜ ਕੇ, ਜਾਂ ਆਪਦੇ ਜਵਾਕਾਂ ਨੂੰ ਬਸ ਯੈਲ ਕਰਨਾ ਉਹ ਪਾਣੀ ਨਹੀਂ ਪਿਆ 10 ਵੱਜ ਗਏ 11 ਵੱਜ ਗਏ, ਫਿਰ ਹੱਥ ਜੋੜ ਕੇ ਬੇਨਤੀ ਹੈ ਨਾ ਪੰਗਾ ਲਿਓ, ਕਿਉਂ ਪਾਪ ਲੈਂਦੇ ਹੋ ਪਸ਼ੂਆਂ ਦਾ। ਠੀਕ ਹੈ, ਜੇ ਪ੍ਰੋਪਰ ਕਰਨੀ ਹੈ ਤਾਂ ਕਰੋ, ਗੁਣ ਵੀ ਤਾਂ ਹੀ ਦੇਣਗੇ ਪਸ਼ੂ ਜੇ ਕਰੋਗੇ ਤਾਂ। ਸੋ ਇੱਕ ਗੱਲ ਮੈਂ ਕੀ ਗੱਲ ਦੱਸਣੀ ਸੀ, ਸੋ ਹਾਂਜੀ ਕਿ ਇਹੀ ਸਾਇਲੇਜ ਦਾ, ਕਿ ਸਾਇਲੇਜ ਦੀ ਵੀ ਇੱਕ ਇੱਕ ਪ੍ਰੋਪਰ ਮੈਥਡ ਹੈਗਾ ਬਣਾਉਣ ਦਾ। ਜਿਵੇਂ ਇੱਥੇ ਵੀ ਮੈਂ ਇੰਡੀਆ 'ਚ ਦੇਖਿਆ ਸੀ ਇੱਕ ਬਾਈ, ਪਤਾ ਨਹੀਂ ਕਿੱਥੇ ਉਹ ਬਠਿੰਡੇ ਏਰੀਆ ਸ਼ਾਇਦ ਉਹਨੇ ਲਾ ਰੱਖਿਆ ਆਪਣਾ ਪਲਾਂਟ 'ਚ, ਉਹ ਬੇਲਸ ਗੋਲ ਗੋਲ ਇੱਦਾਂ, ਇੱਥੇ ਵੀ ਅਸੀਂ ਬੇਲਸ ਬਣਾਉਂਦੇ ਹਾਂ, ਉਹ ਬੇਲ ਬਣਾ ਕੇ ਵੇਚਦਾ ਬਾਈ। ਅਤੇ ਇੱਕ ਸ਼ਾਇਦ ਸਮਾਨ ਇਹ ਕੰਨੀ ਹੈਗਾ, ਇੱਕ ਬਾਈ ਸ਼ਾਇਦ ਉੱਧਰ ਜੀਰਕਪੁਰ ਕੰਨੀ ਹੈ, ਕਿਉਂਕਿ ਮੈਂ ਉਹਨਾਂ ਦੇ ਕਮੈਂਟਸ ਪੜ੍ਹੇ ਸੀਗੇ ਯੂਟਿਊਬ 'ਤੇ, ਉਹਨਾਂ ਦੀ ਵੀਡੀਓ ਸੀਗੀਆਂ। ਉਸ ਤਰੀਕੇ ਨਾਲ ਬਹੁਤ ਬੈਸਟ ਆਪਸ਼ਨ ਹੈ ਜੀ ਇਹ ਤੁਹਾਡੇ ਲਈ, ਤੁਸੀਂ ਆਪਣਾ ਸਾਇਲੇਜ ਸਟੋਰ ਕਰੋ ਅਤੇ ਪਸ਼ੂ ਤੁਹਾਡਾ ਦੁੱਧ ਦੇਊਗਾ, ਕਿਉਂਕਿ ਸਾਇਲੇਜ ਬਹੁਤ ਟੇਸਟੀ ਹੁੰਦਾ। ਅਚਾਰ ਕਹਿ ਦਿੰਦੇ ਆ ਇੰਡੀਆ ਵਿੱਚ ਵੈਸੇ, ਜਿਵੇਂ ਕਿ ਮੰਨ ਲਓ ਇਹ ਅਚਾਰ ਹੈਗਾ ਜੀ ਇਹ। ਸੋ ਠੀਕ ਹੈ ਜੀ, ਉਮੀਦ ਕਰਦਾ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗੀਆਂ ਹੋਣਗੀਆਂ। ਸੋ ਮੇਕ ਸ਼ੋਰ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਗਰੋ ਕਰੋ, ਇੰਟਰਨੈਟ 'ਤੇ ਬੈਠੋ, ਇੰਟਰਨੈਟ 'ਤੇ ਬੈਠ ਕੇ ਲੱਭੋ ਕੋਈ ਗਾਈਆਂ ਦਾ, ਹੁਣ ਤਾਂ ਸਾਰਾ ਕੁਛ ਤੁਹਾਡੇ ਫੋਨ 'ਚ ਹਰੇਕ ਕੋਲ ਨੈੱਟ ਹੈਗਾ, ਕੁਛ ਵੀ ਡਿਜ਼ੀਜ਼ ਦਾ ਨਾਮ ਭਰੋ ਉੱਥੇ ਤੁਸੀਂ, ਅਤੇ ਉਹਦਾ ਸਾਰਾ ਸਾਰਾ ਕੁਛ ਆ ਜਾਂਦਾ ਵਿੱਚ ਵੀ, ਇਹਦਾ ਟ੍ਰੀਟਮੈਂਟ ਕੀ ਹੈ, ਕਿਹੜੀ ਡਰੱਗ ਚਾਹੀਦੀ, ਉਹ ਡਰੱਗ ਦਾ ਲਿਖ ਕੇ ਲੈ ਜਾਓ, ਤੁਹਾਨੂੰ ਕੈਮਿਸਟ ਕੋਲ ਕੁਛ ਨਾ ਕੁਛ ਤਾਂ ਉਹਦੇ ਰਿਲੇਟਡ ਕੋਈ ਡਰੱਗ ਹੋਊਗੀ ਹੋਊਗੀ, ਤੁਹਾਨੂੰ ਕਿਸੇ ਵੈਟਸ ਨੂੰ ਬੁਲਾਉਣ ਦੀ ਵੀ ਲੋੜ ਨਹੀਂ। ਬਾਕੀ ਅੰਕਿਤ ਵੀਰ ਜੀ ਤੁਹਾਡੇ ਲਈ ਜਾਂ ਹੋਰ ਵੀ, ਇੱਕ ਨਾ ਜੀ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦੀ ਤੁਸੀਂ ਵੈਬਸਾਈਟ 'ਤੇ ਜਾਇਓ, dairynz.co.nz, ਇਹ ਸਪੈਸ਼ਲ ਡੇਅਰੀ ਫਾਰਮਿੰਗ ਦੀ ਵੈਬਸਾਈਟ ਹੈ ਜੀ। ਇਹ 'ਤੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ ਜਿਹੜੀ ਮਰਜ਼ੀ ਕੱਢ ਕੇ ਤੁਸੀਂ ਪੜ੍ਹ ਸਕਦੇ ਹੋ। ਅਤੇ ਇੱਕ ਉਹਨਾਂ ਦੀ ਇੱਕ ਬੁੱਕ ਆਉਂਦੀ ਹੈ, ਟੈਂਪਲੇਟ ਜਾਂ ਬੁੱਕ ਐਡੀਸਰ ਦੀ, ਉਹਦਾ ਨਾਮ ਹੈਗਾ ਫੈਕਟ ਐਂਡ ਫਿਗਰ। ਮੈਂ ਕਹਿੰਦਾ ਜੀ ਬੈਸਟ ਬੁੱਕ ਆ ਉਹ, ਮਤਲਬ ਟੋਟਲ ਜੇ ਤੁਸੀਂ ਬਰੀਫਲੀ ਡੇਅਰੀ ਫਾਰਮਿੰਗ ਨੌਲੇਜ ਏ ਟੂ ਜ਼ੈਡ ਟੈਲ ਟੂ ਟੋ ਤੱਕ ਜਾਣਨਾ, ਤਾਂ ਫੈਕਟ ਐਂਡ ਫਿਗਰ ਬੁੱਕ ਪੜ੍ਹ ਲਿਓ। ਇਹ ਜਿਹੜੇ ਮੁੰਡੇ ਆਪਣੇ ਨਿਊਜ਼ੀਲੈਂਡ 'ਚ ਵੀ ਇਹ ਵੀਡੀਓ ਦੇਖ ਰਹੇ ਆ, ਇੱਥੇ ਤਾਂ ਆਪਣੀ ਫ੍ਰੀ ਹੈ, ਡੇਅਰੀ ਐਨਜ਼ੈਡ ਦੀ ਵੈਬਸਾਈਟ 'ਤੇ ਜਾਇਓ, ਫੈਕਟ ਐਂਡ ਫਿਗਰ ਬੁੱਕ ਆਪਣੀ ਔਰਡਰ ਕਰ ਦਿਓ, ਤੁਹਾਡੇ ਉਹ ਫਾਰਮ 'ਤੇ ਆ ਜੂਗੀ ਪੋਸਟ ਵਿੱਚ, ਤਾਂ ਉਹਨੂੰ ਪੜ੍ਹਿਓ, ਉਹਦੇ ਵਿੱਚ ਸਾਰਾ ਕੁਛ ਹੀ ਹੈ ਟੋਟਲ। ਸੋ ਤੁਸੀਂ ਵੀ ਟਰਾਈ ਕਰ ਲਿਓ ਅੰਕਿਤ ਵੀਰ ਜੀ, ਜੇ ਤੁਹਾਨੂੰ ਸ਼ਾਇਦ ਉਹ ਇੰਟਰਨੈਸ਼ਨਲੀ ਸ਼ਿਪ ਕਰਦੇ ਹੋਣ, ਪੋਸਟ ਕਰਦੇ ਹੋਣ, ਜਾਂ ਤੁਹਾਨੂੰ ਬਾਏ ਕਰਨ ਦਾ ਮੌਕਾ ਮਿਲੇ ਤਾਂ ਬੇਸ਼ੱਕ ਬਾਏ ਕਰ ਲਿਓ। ਅਤੇ ਬਾਕੀ ਮੈਨੂੰ ਰਿਮਾਇੰਡ ਕਰਾਇਓ ਜੇ ਅਸੀਂ ਵੀ ਕਿਤੇ ਇੰਡੀਆ ਆਏ ਜਾਂ ਸਾਡਾ ਕੋਈ ਹੋਰ ਬੰਦਾ ਆਇਆ, ਦੈਨ ਮੈਂ ਡੈਫੀਨੇਟਲੀ ਤੁਹਾਡੇ ਲਈ ਇੱਕ ਉਹ ਫੈਕਟ ਐਂਡ ਫਿਗਰ ਬੁੱਕ ਜ਼ਰੂਰ ਭੇਜੂੰਗਾ, ਅਤੇ ਆਪਾਂ ਕਿਵੇਂ ਨਾ ਕਿਵੇਂ ਸੋਰਟ ਆਊਟ ਕਰਕੇ ਟਾਈਮ ਤੁਸੀਂ ਆ ਕੇ ਉਹ ਬੇਸ਼ੱਕ ਪੈਕ ਕਰ ਲਿਓ, ਜਾਂ ਜੇ ਅਸੀਂ ਕਿਤੇ ਉੱਧਰ ਨੂੰ ਆਏ ਤਾਂ ਉੱਥੇ ਅਸੀਂ ਡਰੋਪ ਕਰ ਜਾਵਾਂਗੇ। ਸੋ ਠੀਕ ਹੈ ਜੀ।
ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ।